ਓ ਵਾਹਿਗੁਰੂ, ਵੱਧ ਗਿਆ ਕੰਮ, ਵੱਧ ਗਿਆ, ਵੱਧ ਗਿਆ, ਵੱਧ ਗਿਆ। ਆ ਚਾਰ ਕਣੀਆਂ ਪੈਣ ਨਹੀਂ ਦਿੰਦੇ, ਸਲਿੱਪ ਹਜੇ ਕਿੱਥੋਂ ਹੋਣ ਲੱਗ ਗਿਆ। ਤੇਰਾ ਮੂੰਹ ਦੇਖਾਂ, ਵੀਡੀਓ ਬਣਾ ਤਾਂ ਲਈਏ, ਫਿਰ ਦਿਖਾਊਂਗਾ। ਦੋਨੇ ਜਾਣੇ ਇਕੱਠੇ ਸਤਿ ਸ਼੍ਰੀ ਅਕਾਲ ਬੁਲਾਓ। ਤਾਜ ਤੁਸੀਂ ਰਹਿ ਗਏ ਪੁੱਤਰ, ਅੱਛਾ ਭਤੀਜਾ, ਅੱਛੀ ਭਤੀਜੀ, ਇਹ ਬੁਲਾਊਗਾ ਹੁਣੇ ਸਤਿ ਸ਼੍ਰੀ ਅਕਾਲ। ਤਗੜਾ ਤਾਂ ਬਹੁਤ ਆ ਬਈ, ਇਹ ਹੋਮਵਰਕ ਨੇ ਤੜਕੇ ਉੱਠ ਕੇ ਕਰਦਾ ਹੈ ਸਕੂਲ ਜਾਣ ਵੇਲੇ। ਜਮਾਂ ਕੀ ਨਾਂ ਦੱਸਾਂ, ਤੁਹਾਡੀਆਂ ਮੈਡਮਾਂ ਨਾਲ ਦੇਖ ਲੈਣਾ, ਹੈ ਨਾ, ਤੁਹਾਡੀਆਂ ਮੈਡਮਾਂ ਨਾਲ ਦੇਖ ਲੈਣਾ ਨਾ। ਬਹੁਤ ਪੜ੍ਹਦਾ ਇਹ, ਬਹੁਤ ਪੜ੍ਹਦਾ। ਚਾਹੇ ਜੀ ਖੜ ਜਾ ਪੁੱਤਰੀ, ਚਲੋ ਮੈਂ ਦਵਾਵਾਂ ਗੇੜਾ, ਆ ਜਾਓ ਪੈਰ, ਆ ਜਾਓ ਪਿੱਛੇ ਤਾਂ ਇਹਦਾ। ਮੈਂ ਤਾਂ ਤੁਰਦਾ ਖੇਤ ਨੂੰ, ਤੂੰ ਇਕੱਲੇ ਹੀ ਜਾਏਗਾ। ਡਿੰਗੜਿੰਗੜੀ ਮੂੜੇ ਮੂੜੇ ਪੈ ਨਹੀਂ ਉੱਪਰ ਨੇ ਮੂੜੇ, ਨਾਥਾ ਨਾਥਾ ਬੈਨ ਆਉਣ ਵਾਲੀ ਆ, ਸਕੂਲ ਜਾਣਾ ਪਊਗਾ। ਸਤਿ ਸ਼੍ਰੀ ਅਕਾਲ ਬੁਲਾਇਆ, ਸਤਿ ਸ਼੍ਰੀ ਅਕਾਲ ਕਰਦੇ, ਆ ਕੇ ਖੇਡਾਂ ਹੈ ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਧੀਆ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਇੱਧਰ ਹੀ ਖੜਾ ਦੇ, ਉੱਧਰ ਲੈ ਜਾਂਦਾ ਅੱਜ ਉੱਧਰ ਖੜਾਇਆ ਹੋਣਾ ਚੰਗਾ। ਸਹਿਜ ਟਾ ਟਾ ਸਹਿਜੇ ਚੱਕੀ ਜਾਂਦੀ ਆ, ਇੱਧਰ ਹੀ ਬੱਦਲ ਬਣਿਆ ਮੰਮੀ ਥੋੜ੍ਹਾ ਜਿਹਾ। ਹਾਂ ਠੀਕ ਹੈ, ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆਪਣੇ ਅੱਜ ਦੇ ਨਵੇਂ ਵਲੌਗ 'ਚ। ਸਤਿ ਸ਼੍ਰੀ ਅਕਾਲ ਵੱਡੀ ਮੰਮੀ, ਜੁੜੇ ਰਹਿਣਾ, ਧੰਨਵਾਦ ਜੀ। ਮਾਤਾ ਹੋਰੇ ਸੋਹਣਾ ਬੋਲਣ ਲੱਗ ਗਏ, ਮਤਲਬ ਬੋਲਦੇ ਤਾਂ ਹਰੇਕ ਬੰਦੇ ਹੀ ਵਧੀਆ ਹੁੰਦਾ ਬਈ, ਪਹਿਲਾਂ ਥੋੜ੍ਹੀ ਜਿਹੀ ਸੰਗ ਜੀ ਹੁੰਦੀ ਆ ਕੈਮਰੇ ਅੱਗੇ, ਅਤੇ ਹੌਲੀ ਹੌਲੀ ਉਹ ਕੰਮ ਠੀਕ ਹੋ ਗਿਆ। ਗੱਗੂ ਇੱਧਰ ਟੋਕਾ ਕਰੀ ਜਾਂਦਾ ਹੈਪੀ ਵਾਲੇ ਪਾਸੇ, ਹੈਪੀ ਹੁਣ ਠੀਕ ਆ ਬਈ, ਅਤੇ ਪਰ ਹਜੇ ਕੰਮ ਨਹੀਂ ਕਰ ਸਕਦਾ ਗਾ, ਅਤੇ ਗੱਲਬਾਤ ਇਹ ਆ। ਅਤੇ ਖੈਰ ਅੱਜ ਕਿੰਨਾ ਹੋ ਗਿਆ, ਸੌਣ 9 ਸੌਣ ਹੋ ਗਿਆ ਪਾਪਾ, ਭੁੱਲ ਜਾਂਦਾ ਮੈਂ, ਹੈਮੀ 10 ਹੋ ਗਿਆ ਸੱਚ, ਠੀਕ ਹੈ 10 ਸੌਣ। ਜੁਲਾਈ 25 ਬਰਾ 2024 ਦਿਨ ਹੈਗਾ, ਭੁੱਲ ਗਿਆ, ਕੰਮ ਕਾਰ 'ਚ ਦਿਨ ਯਾਦ ਨਹੀਂ ਰਹਿੰਦੇ ਗੇ। ਅਤੇ ਚੱਲਦੇ ਆ ਖੇਤ ਫਿਲਹਾਲ, ਗੱਗੂ ਤਾਂ ਟੋਕਾ ਕਰੀ ਜਾਂਦਾ, ਟਰੈਕਟਰ ਬਾਰ ਕੇ ਲਿਆ ਕੇ ਖੜਾ ਰੱਖਿਆ ਗਾ, ਅਤੇ ਅੱਜ ਦਾ ਕੰਮ ਕਾਰ ਦਿਖਾਉਂਦੇ ਹਾਂ ਪੂਰੇ ਦਿਨ ਦਾ ਮਾਹੌਲ ਚਾਲ, ਬਣੇ ਰਹੋ ਐਂਡ ਤੱਕ, ਨਾਲ ਨਾਲ ਮਾਤਾ ਤੋਂ ਆਸ਼ੀਰਵਾਦ ਲੈ ਲਈਏ। ਵੀਰਵਾਰ ਦਿਨ ਆ ਪਾਪਾ, ਕਹਿੰਦਾ ਭਾਈ ਤੇ ਦਿਨ ਵੀ ਹੁਣ ਦੱਸ ਦਿਓ ਯਾਦ ਕਰਕੇ, ਕਹਿੰਦੇ ਅਤੇ ਕੰਮ ਕਾਰ 'ਚ ਯਾਦ ਨਹੀਂ ਰਹਿੰਦਾ, ਜਦੋਂ ਪਹਿਲਾਂ ਜਿੰਮ ਦੀ ਡਿਊਟੀ 'ਤੇ ਜਾਂਦਾ ਸੀ ਉਦੋਂ ਫਿਰ ਯਾਦ ਰਹਿੰਦਾ ਸੀ, ਉਹ ਵੀ ਜਿਵੇਂ ਜਿੰਮ ਲਾਉਣੀ ਹੁੰਦੀ ਹੈ ਦਿਨਾਂ ਦੇ ਹਿਸਾਬ ਨਾਲ, ਉਹ ਪਾਰਟ ਵੰਡੇ ਹੁੰਦੇ, ਇੱਕ ਦਿਨ ਚੈਸਟ ਲਾਉਣੀ ਆ ਬਈ, ਇੱਕ ਦਿਨ ਆਪਾਂ ਮੋਢੇ ਲਾਉਣੇ, ਇੱਕ ਦਿਨ ਬੈਕ ਦੀ ਐਕਸਰਸਾਈਜ਼ ਲਾਉਣੀ ਆ, ਉਹ ਦਿਨਾਂ ਦੇ ਹਿਸਾਬ ਨਾਲ ਉਹ ਬਣਿਆ ਹੁੰਦਾ ਸ਼ਡਿਊਲ ਜਿਹਾ ਬੰਦੇ ਦਾ, ਅਤੇ ਉਹੀ ਜਿਹੀ ਗੱਲਬਾਤ ਫਿਰ ਉਹ ਦਿਨ ਉਦੋਂ ਯਾਦ ਰਹਿੰਦੇ ਸੀਗੇ, ਹੁਣ ਖੇਤ ਦੇ ਕੰਮ ਕਾਰ 'ਚ ਤਾਂ ਫਿਰ ਘੱਟ ਵੱਧ ਹੀ ਯਾਦ ਰਹਿੰਦੇ। ਕੌਣ ਕੌਣ ਸਹਿਮਤ ਹੈ ਇਸ ਗੱਲ ਨਾਲ ਬਈ, ਜ਼ਰੂਰ ਦੱਸਿਓ, ਜਦੋਂ ਜ਼ਿਆਦਾ ਕੰਮ ਹੁੰਦਾ ਉਦੋਂ ਐਂ ਵਿਚਲ ਜਾਂਦਾ ਗਾ। ਅਤੇ ਬਾਕੀ ਮਾਤਾ ਤੋਂ ਲੈ ਕੇ ਆਸ਼ੀਰਵਾਦ, ਚੱਲਦੇ ਹਾਂ ਖੇਤ ਦਿਖਾਉਂਦੇ ਹਾਂ ਪੂਰੇ ਦਿਨ ਦਾ ਪ੍ਰੋਗਰਾਮ, ਕੀ ਕੰਮ ਕਾਰ ਕਰਦੇ ਹਾਂ ਅੱਜ, ਅਤੇ ਬਣੇ ਰਹੋ ਐਂਡ ਤੱਕ, ਨਾਲ ਨਾਲ ਜ਼ਰੂਰ ਦੇਖਿਓ, ਨਵੇਂ ਆਏ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਦੇਖ ਰਹੇ ਤਾਂ
ਫੋਲੋ ਲਾਜ਼ਮੀ ਕਰ ਲਿਓ, ਮਾਤਾ ਜੀ ਦੀ ਹਾਜ਼ਰੀ ਵੀ ਲਾਜ਼ਮੀ ਆ। ਮੈਂ ਕਿਹਾ ਅੱਜ ਤੜਕੀ ਲਵਾ ਜਾਂਦੇ ਹਾਜ਼ਰੀ ਮਾਤਾ ਜੀ ਜਾਂਦੇ ਜਾਂਦੇ। ਅਤੇ ਫਿਲਹਾਲ ਇੱਧਰੋਂ ਥੋੜ੍ਹਾ ਜਿਹਾ ਬੱਦਲ ਗੂੜ੍ਹਾ ਜਿਹਾ ਹੋਇਆ, ਮੀਂਹ ਆਉਣ ਦਾ ਤਾਂ ਐਸਾ ਵੀ ਅਸੀਂ ਪਤਾ ਹੋ ਸਕਦਾ ਜੇ ਸੌਣਾ, ਸੌਣ 'ਚ ਚਾਰ ਕਣੀਆਂ ਕਿਤੇ ਵੀ ਵਰ ਸਕਦੀਆਂ, ਬਟ ਨਾਲ ਸੰਨ ਵੀ ਛੱਡ ਜਾਂਦੇ ਕਈ ਵਾਰੀ, ਸੌਣ 'ਚ ਇਹੋ ਜਿਹੀ ਗੱਲਬਾਤ ਹੋ ਜਾਂਦੀ ਆ। ਮੰਮੀ ਹੈਂ ਠੀਕ ਆ, ਅਤੇ ਮਾਤਾ ਸ਼੍ਰੀ ਨੇਦਰ ਪਈ ਮਸ਼ੀਨ 'ਚ ਪਾ ਰੱਖੇ ਕੱਪੜੇ ਤੜਕੇ ਤੜਕੇ। ਧੰਨਵਾਦ ਧੁਰਤ ਲੈ ਕੇ ਧੁਰਤੀ ਤੋਂ ਬਣਾਓ ਸਾਰਾ ਦੇਖਿਆ ਕਰੋ, ਮੇਰੇ ਪੁੱਤ ਬਣ ਕੇ ਮੇਰੇ ਬੇਟੇ ਬਣ ਕੇ, ਧੰਨਵਾਦ ਭਾਈ ਤੁਹਾਡੇ ਸਾਰਾ। ਠੀਕ ਹੈ ਜੀ ਮਾਤਾ ਜੀ, ਧੰਨਵਾਦ ਤੁਹਾਡਾ ਵੀ। ਤੇ ਮੇਰਾ ਉਹ ਵੱਡਾ ਪਰਨਾ ਤੋਤਾ ਲਿਆਓ, ਬਸ ਇਹੀ ਲੱਭਦਾ ਸੀਗਾ। ਦੂਜੇ ਪਰਨੇ ਬਈ ਵਾਲੇ ਵੱਡੇ ਹੈਗੇ ਆਪਣਾ 3.5 ਮੀਟਰ ਦੇ ਨੇ ਉਹ, ਜਿਹੜੇ ਮੈਂ ਗੋਲ ਬੰਨਦਾ ਹੁੰਦਾ ਉਹ, ਫਿਰ ਕਿਸੇ 'ਤੇ ਲੋਡ ਨਹੀਂ ਆਉਂਦਾ ਕੰਮ, ਅਤੇ ਤਾਂ ਕਰਕੇ ਆਹ ਥੋੜ੍ਹਾ ਜਿਹਾ ਛੋਟਾ ਇਹ ਲਾਏ ਜਾਂਦਾ, 1-2 ਮਨਪ੍ਰੀਤ ਨੇ ਸਾਂਭ ਰੱਖੇ ਨੇ ਗੇ। ਹਾਂ ਉੱਤੇ ਗਿਆ ਸੀ ਪਰਨੇ ਨਹੀਂ ਜ਼ਿਆਦਾ, ਇਹ ਹੋਰ ਹਾਂ ਵੀ ਛੋਟਾ ਥੋੜ੍ਹਾ ਜਿਹਾ ਛੋਟਾ ਪਰਨਾ ਠੀਕ ਆ ਜਾਂਦਾ ਬਈ ਕੰਮ ਇਹ। ਬਸ ਠੀਕ ਹੈ ਮਾਹੌਲ, ਮੱਝਾਂ ਨੂੰ ਪਾਣੀ ਧਾਣੀ ਪਿਆ ਲਿਆ, ਉੱਠ ਕੇ ਅੱਜ ਥੋੜ੍ਹਾ ਜਿਹਾ ਲੇਟ ਉੱਠਿਆ, ਲੇਟ ਕਿੰਨਾ ਕੁ ਉੱਠਿਆ, 6 ਵਜੇ ਦੇ ਅਲਾਰਮ ਲਾਇਆ ਹੋਇਆ ਸੀ ਅੱਜ। ਮੈਂ ਕਿਹਾ ਚੱਲ ਕੰਮ ਠੀਕ ਹੀ ਆ, 2 ਕਿੱਲੇ ਸਾਡੇ ਕੋਲ ਕੱਖ ਪੱਟਣ ਵਾਲੇ ਹੈਗੇ, ਅਤੇ ਜਾ ਕੇ ਬੋਰ ਵੀ ਨਾਲ ਚਲਾਵਾਂਗੇ, ਜਾਂ ਮੋਟਰਾਂ ਦੀ ਲਾਈਟ ਆਊਗੀ 8 ਵਜੇ, ਅਤੇ ਤਾਂ 6 ਵਜੇ 'ਤੇ ਅਲਾਰਮ ਲਾ ਲਿਆ ਸੀਗਾ। ਮੱਝਾਂ ਨੂੰ ਪਾਣੀ ਪਿਆ ਲਿਆ, ਨੀਰਾ ਚਾਰਾ ਉਤਰ ਲਿਆ, ਅਤੇ ਭੋਰਾ ਕੇ ਇਹਨਾਂ ਨੂੰ ਸਿੱਟਤਾ ਕੱਟੂਆਂ ਜਾਂ ਨੂੰ, ਅਤੇ ਬਾਕੀ ਹੁਣ ਚੱਲਦੇ ਹਾਂ, ਮਾਹੌਲ ਚੱਲ ਚੜ੍ਹਦੇ ਸੂਰਜ ਦਾ, ਹਾਂ ਰੰਗਾ ਰੰਗ ਮਾਹੌਲ ਇਹੋ ਜਿਹਾ। ਅਤੇ ਬਾਕੀ ਇਹਨਾਂ ਦਾ ਧਿਆਨ ਹੁਣ ਇੱਧਰ ਨੂੰ ਆ, ਲੇਟੀ ਭਿਉਂਤੀ ਪਈ ਆ, ਇਹਨਾਂ ਨੂੰ ਆਇਆ ਹੁਣ ਕਿਹੜੇ ਵੇਲੇ ਲੇਟੀ ਦਾ ਬੱਠਲ ਸਾਡੇ ਮੂਹਰੇ ਲਿਆ ਕੇ ਧਰ ਦੇਣ। ਹਲਕੀ ਜੀ ਹੈਂ, ਹਾਂ ਥੋੜ੍ਹੀ ਜਿਹੀ ਘੱਟ ਜਿਹੀ ਬਣੀ ਹੋਈ ਆ ਇੱਧਰੋਂ, ਹਲਕੀ ਜੀ ਆ, ਉਵੇਂ ਆ ਹਵਾ ਜੀ ਆ ਰਮਕੀ ਆ ਮਾੜੀ ਜੀ। ਅੱਧੇ ਕੁ ਮੱਕੀ ਵਾਲੇ ਕਹਿੰਦੇ ਵੀ ਹਜੇ ਨਾ ਆਵੇ, ਮੈਂ ਕਹਿੰਦੀ ਅੱਜ ਮੇਰਾ ਮੁੰਡਾ ਪੇਸੀਆਂ ਮੱਕੀ ਵੱਢਣਗੇ, 4 ਪੌੜ ਗਿਆ ਵੀ ਆ ਲੱਗਦਾ, ਫਿਰ ਉਹਦਾ ਕੰਮ ਖੜੂ, ਇੱਧਰੋਂ ਘੱਟ ਆ ਗਈ, ਅਤੇ ਜੇ ਘੱਟ ਆਵੇ ਤਾਂ ਫਾਇਦਾ ਵਾਲਾ ਫਸਲਾਂ ਨੂੰ। ਚੱਲ ਉਹ ਤਾਂ ਮੈਂ ਵੀ ਰੱਬ ਦੇ ਰੰਗ ਆ ਬਈ, ਇਹਨੇ ਕਿਸੇ ਦੇ ਆਖੇ ਤੋਂ ਰੋਕਦਾ ਨਹੀਂ ਅਤੇ ਕਿਸੇ ਦੇ ਆਖੇ ਤੋਂ ਆਉਂਦਾ ਨਹੀਂ, ਕੁਦਰਤ ਆ ਬਈ ਇਹ। ਤੂੰ ਮੇਰੇ ਨਾਲ ਹੀ ਜਾਏਂਗਾ ਕਿ ਬਾਅਦ 'ਚ ਆਏਗਾ? ਲੈ ਬਈ ਗੱਗੂ ਕਹਿੰਦਾ ਮੈਂ ਤਾਂ ਬਾਅਦ 'ਚ ਆਊਂਗਾ, ਤੂੰ ਆਪਦਾ ਰੁੜ ਜਾ ਮੱਠੇ ਮੱਠੇ, ਅਤੇ ਚੱਲਦੇ ਹਾਂ ਫਿਰ। ਹਾਂ ਠੀਕ ਆ ਬਾਈ ਜੀ, ਠੀਕ ਆ ਬਾਪੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਚੰਗਾ ਮੰਮੀ ਠੀਕ ਆ, ਮੋਢੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦੇਹਾਤੀ, ਜਾ ਕੇ ਸਿਰ ਵਿੱਚ ਦੇਖ ਖੁੱਤੀ ਮਿੱਤਰਾਂ ਨੇ ਪਾਈ। ਅਤੇ ਗੱਗੂ ਨੌਜਵਾਨ ਸਾਂਝੇ ਤੇਲ ਦੀਆਂ ਢੋਲੀਆਂ ਭਰਦਾ ਹੋਇਆ, ਇਹ ਸਾਂਝਾ ਨਹੀਂ ਨਹੀਂ ਉਹ ਸਾਂਝਾ ਆਪਣਾ ਅਤੇ ਗੱਗੂ ਦਾ, ਅਤੇ ਤਿੰਨੇ ਢੋਲੇ ਇੱਕ ਥਾਂ ਰੱਖ ਰੱਖੇ ਹੈਗੇ, ਫਿਰ ਡੁੱਡ ਨਹੀਂ ਭੱਜਣਾ ਜਾਣਾ ਪੈਂਦਾ ਖੇਤ ਜਾਣ ਵੇਲੇ, ਫਿਰ ਤਾਂ ਕਰਕੇ ਇੱਕ ਥਾਂ ਉਹ ਤੇਲ ਕਿਤੇ ਵੀ ਪਾਉਣਾ, ਟਰੈਕਟਰ 'ਚ ਪਾਉਣਾ ਜਾਂ ਕਿਤੇ ਵੀ, ਬਸ ਇੱਥੋਂ ਹਿਸਾਬ ਕਿਤਾਬ ਉਹਦਾ ਕਰ ਲਈਦਾ ਗਾ। ਅਤੇ ਬਾਕੀ ਗੱਗੂ ਨੌਜਵਾਨ ਕਹਿੰਦਾ ਬਈ ਮੈਂ ਬਾਅਦ 'ਚ ਆਉਣਾ, ਅਤੇ ਤੂੰ ਜਾ ਖੇਤਾਂ ਨੂੰ, ਅਤੇ ਗੱਡੀ ਇੱਧਰ ਰੈਡੀ ਖੜੀ ਆ। ਕਾਹਦੀਆਂ ਪੱਲੀਆਂ, ਕਿਹਦੀਆਂ ਪੱਲੀਆਂ, ਮੈਨੂੰ ਨਹੀਂ ਸਮਝ ਆਈ ਪੱਲੇ ਕੀ ਕੁਛ ਆਉਂਦਾ। ਵਾਹਿਗੁਰੂ ਜੀ,
ਬਣਾ ਕੇ ਪਾ ਦੇ ਭਰਾਵਾ ਵੀਡੀਓ ਕਰੇ, ਆਹ ਹਾਲ ਹੋਇਆ ਰੱਬਾ ਚੱਕਰ, ਤੂੰ ਵੀ ਸ਼ਰਮਾਉਣ ਲੱਗ ਗਿਆ। ਠੰਡਾ ਸਾਰਨੀ ਕੱਸੀ ਦਾ ਪਾਣੀ ਹੈ। ਸੇਵਾ ਕਰੇਗਾ। ਹਾਂ ਠੰਡਾ ਸਾਰਨੀ ਕੱਸੀ ਦਾ ਪਾਣੀ ਤੇ ਉਹ ਬਾਈ ਖੜਾ ਇੱਧਰ, ਉਹ ਬੈਨ ਵਾਲਾ ਸਕੂਲ ਵਾਲੀ ਬੈਨ ਲੈ ਕੇ ਆਉਂਦਾ ਤੇ ਬਾਈ ਕਹਿੰਦਾ ਉਹ ਤੇ ਇਹਨਾਂ ਨਲਕਿਆਂ ਦਾ ਪਾਣੀ ਫਰੀਦਕੋਟ ਤੱਕ ਜਾਂਦਾ ਬਾਈ, ਬੱਸਾਂ ਵਾਲੇ ਸਪੈਸ਼ਲ ਕੈਂਪਰ ਭਰ ਕੇ ਉੱਥੇ ਗਾਹਾਂ ਪਹੁੰਚਾਉਂਦੇ ਨੇ। ਐਂ ਆ ਬਾਈ ਗੱਲ ਠੀਕ ਹੈ। ਅਤੇ ਹੁਣ ਬਾਈ ਤੁਸੀਂ ਆਪ ਹਿਸਾਬ ਲਾ ਲਓ ਕਿੰਨਾ ਠੰਡਾ ਮਿੱਠਾ ਪਾਣੀ ਹੋਊਗਾ, ਅਤੇ ਨਹਿਰ ਦੇ ਜਮ੍ਹਾਂ ਡੌਲੇ 'ਤੇ ਲੱਗਿਆ ਹੋਇਆ ਅਤੇ ਕਈ ਵੀਰ ਪੁੱਛਦੇ ਬਾਈ ਭਾਖੜਾ 'ਚ ਪਾਣੀ ਕਦੋਂ ਆਊਗਾ ਪਾਣੀ, ਅੱਜ ਰਾਤ ਨੂੰ ਆਜੂਗਾ 25 ਤਰੀਕ ਰਾਤ ਨੂੰ ਬਾਈ ਭਾਖੜਾ 'ਚ ਪਾਣੀ। ਅਤੇ ਆ ਸੁੱਖਾ ਮਿੱਤਰ ਆਪਣੇ ਖੇਤ ਦਾ ਗਵਾਂਢੀ ਮੰਨ ਲਓ, ਅਤੇ ਇਹ ਵੀਰ ਨੇ ਖੇਤ 'ਤੇ ਇੱਕ ਬਹੁਤ ਸੋਹਣਾ ਜਗਾੜ ਕਰਿਆ ਹੋਇਆ ਆਪਣੇ ਖੂਹ ਵਾਲੇ ਪੱਖੇ 'ਤੇ, ਅਤੇ ਉਹ ਸਿਸਟਮ ਕੀ ਹੈ ਵਿੱਚ ਹੀ ਮੋਟਰ ਆ ਅਤੇ ਇੱਕ ਪਾਸੇ ਪੱਖੇ ਵਾਲਾ ਸਿਸਟਮ ਆ ਅਤੇ ਬੋਰ ਚਲਾਓ ਭਾਵੇਂ ਮੋਟਰ ਚਲਾਓ, ਉਹ ਗੱਲਬਾਤ ਤੁਹਾਨੂੰ ਸਪੈਸ਼ਲ ਦਿਖਾ ਕੇ ਲਿਆਵਾਂਗੇ ਠੀਕ ਹੈ। ਹਾਂ ਠੀਕ ਹੈ ਮਿੱਤਰਾ, ਆਊਂ ਆ ਕਿਸੇ ਵੇਲੇ ਮੈਂ ਤੇਰੇ ਕੋਲ ਜਦੋਂ ਮੈਨੂੰ ਟਾਈਮ ਜਿਹਾ ਲੱਗਿਆ ਨਾ, ਹਜੇ ਕੰਮ ਥੋੜ੍ਹਾ ਜਿਹਾ ਖਿੱਚਵਾਂਗਾ। ਠੀਕ ਹੈ ਮਿੱਤਰਾ ਮਿਹਰਬਾਨੀ। ਹੋਰ ਬਾਈ ਚੜ੍ਹਦੀ ਕਲਾ? ਠੀਕ ਆ ਬਾਈ ਚੜ੍ਹਦੀ ਕਲਾ ਹੀ ਚਾਹੀਦੀ ਆ ਪਿੰਡ ਸੂਰਤੀ ਆ। ਹਾਂਜੀ ਸਹੀ ਗੱਲ ਹੈ ਜੀ, ਠੀਕ ਹੈ ਜੀ। ਛੋਟਾ ਕੈਂਪਰ ਵੀ ਲੱਗ ਰਿਹਾ ਫਲਾਲ 'ਚ ਕਰਕੇ ਭਾਰੀ ਲਿਆ, ਮੈਂ ਚਲ ਉਰੇ ਬਰੇ ਕੰਮ ਕਰਦੇ ਇੱਥੇ ਕੋਲ ਲੈ ਜਾਂਦੇ ਹਾਂ। ਪਿੰਡ ਸੂਰਤੀ ਆ ਜ਼ਿਲ੍ਹਾ ਸਰਸਾ, ਉਹ ਭੱਲੇ ਬੱਦਲ ਬੁੱਦਲ ਜੇ ਬਣਦੇ ਆ ਤੇ ਖਿੰਡ ਜਾਂਦੇ ਆ, ਇਹੋ ਜਿਹੀ ਗੱਲਬਾਤ ਚੱਲੀ ਜਾਂਦੀ ਆ ਅਤੇ ਆਸ਼ੇ ਜਾਂਦੇ ਆ ਖੜਖੜ ਕਰਦੇ ਖੇਤਾਂ ਨੂੰ ਸਿੱਧੇ। ਠੀਕ ਹੈ ਮਿੱਤਰਾ, ਟੱਸ ਚੱਕਣੀ ਪਊ ਕਹਿੰਦਾ, ਮੈਂ ਤਾਂ ਰੁੱਸੀ ਜਾਊਂਗਾ। ਉਹ ਤੂੰ ਕਿੱਧਰ ਚੱਲ ਪਿਆ? ਸਾਹਮਣੇ ਹਵਾ ਵਾਲੀ ਪਾਈਪ ਜਿਹੜੀ ਲੱਗੀ ਆ ਸਕਰੀਨ ਦੇ ਵਿਚਾਲੇ, ਉਹ ਸਾਡੀ ਨਿਸ਼ਾਨੀ ਹੁੰਦੀ ਆ, ਸਾਨੂੰ ਪਤਾ ਲੱਗ ਜਾਂਦਾ ਮੋਟਰ ਚੱਲੀ ਜਾਂਦੀ ਆ ਜਾਂ ਬੋਰ ਚੱਲੀ ਜਾਂਦਾ ਦੂਰੋਂ, ਅਤੇ ਉਹ ਬੰਦ ਵੀ ਹੋ ਜਾਂਦੀ ਆ, ਉਹਨੂੰ ਅਸੀਂ ਬੰਦ ਨਹੀਂ ਕਰਦੇ ਹੁੰਦੇ, ਉਹਨੂੰ ਅਸੀਂ ਚੱਲਦੀ ਰੱਖਦੇ ਹੁੰਦੇ। ਉਹ ਖਾਲ 'ਚ ਕੱਢੀ ਹੋਈ ਆ ਹਵਾ ਵਾਲੀ ਪਾਈਪ ਜੀ, ਉਹ ਇੱਕ ਹੋਰੇ ਲਾਈ ਹੋਈ ਆ, ਇਹ 6 ਇੰਚੀ ਪਾਈਪ 'ਤੇ ਲਾਈਆਂ ਅਸੀਂ, ਜਿਹੜੀ ਇੱਥੋਂ ਪਾਈਪ ਲੈਣ ਜਾਂਦੀ ਆ ਉੱਥੋਂ 3 ਕਿੱਲੇ ਦੂਰ ਆ,
ਤੇ 8 ਇੰਚੀ ਦੇ ਸੁੱਕ ਨਾਲ ਲੋੜ ਹੀ ਨਹੀਂ ਪਈ ਕਦੇ ਪਹਿਲਾਂ ਉਹ ਦੂਰੋਂ 11 ਕਿੱਲੇ ਤੋਂ ਐਂ ਦੂਰੋਂ ਆਉਂਦੀ ਸੀ ਪਾਈਪਲਾਈਨ 8 ਇੰਚੀ ਉਹਦੇ ਵੀ ਲੋੜ ਪਈ ਸੀ ਉਦੋਂ ਵੀ ਅਤੇ ਜਦੋਂ ਇਹਦੇ ਮੋਟਰ ਲੱਗ ਗਈ ਸੀ 6 ਇੰਚੀ ਨੂੰ ਉਦੋਂ ਲੋੜ ਪਈ ਸੀ ਫਿਰ ਮੋਟਰ ਝਟਕੇ ਮਾਰਦੀ ਆ ਥੋੜ੍ਹੀ ਅਤੇ ਪੀਟਰ ਜਾਂ ਟਰੈਕਟਰ ਲਾਉਂਦੇ ਹੁੰਦੇ ਸੀ ਜਦੋਂ ਆਹ ਬੋਰ 'ਤੇ ਉਦੋਂ ਸੁੱਕ ਨਾਲ ਕਦੇ ਹਵਾ ਹੋ ਵਾਲਾ ਦਿੱਕਤ ਹੀ ਨਹੀਂ ਬਣੀ ਸੀ ਲੀਕ ਲੂਕ ਆਉਣ ਵਾਲੀ ਪਾਈਪ ਅਤੇ ਲਾਈਟ 318-13 ਦਾ ਲੋਡ 10 ਦੀ ਮੋਨੋ ਬਲਾਕ ਮੋਟਰ 10 ਫੁੱਟ ਖੂਹ ਅਤੇ 90 ਕੁ ਫੁੱਟ ਬੋਰ 8 ਦਾ ਇੰਜਣ ਉਹ ਤਣਤੀ ਉੱਧਰੋਂ ਗਵਾਂਢੀਆਂ ਨੇ ਢੋਲੀ ਸਪਰੇਅ ਵਾਲੀ ਅਤੇ ਆਪਾਂ ਵੀ ਢੋਲੀਆਂ ਟੱਪੇ ਲਿਆਏ ਹਾਂ ਚੱਕ ਕੇ ਸਪਰੇ ਵਿੱਚ ਵਿੱਚ ਸੁੰਡ ਜਿਹਾ ਪਿਆ ਹੋਇਆ ਕਿਤੇ ਕਿਤੇ ਮਤਲਬ ਕੋਈ ਡੱਕਾ ਟੁੱਕ ਰਿਹਾ ਥੱਲੋਂ ਉਹ ਜੜ ਕੋਲੋਂ ਤਾਂ ਜਿੰਨਾ ਕੁ ਪਾਣੀ ਪਾ ਲੈਂਦੇ ਹਾਂ ਉਨੀ ਕੁ ਦਵਾਈ ਮਾਰ ਲੈਂਦੇ ਹਾਂ ਅਤੇ ਹਾਂ ਬੋਰ ਵੀ ਚਲਾ ਲਿਆ ਅਤੇ ਮੋਟਰਾਂ ਵੀ ਚੱਲੀ ਜਾਂਦੀਆਂ ਨੇ ਅਤੇ ਰੋਟੀ ਵੀ ਛਕ ਲਈ ਅਤੇ ਚਾਹ ਵੀ ਪੀ ਲਈ ਅਤੇ ਸਮਾਂ 10 ਕੁ ਵਜੇ ਦੇ ਲਵੇ ਹੋ ਗਿਆ ਅਤੇ ਥੋੜ੍ਹੇ ਬਹੁਤੇ ਕੰਮ ਵੀ ਕਰੇ ਇੱਧਰ ਉੱਧਰ ਅਤੇ ਪਰ ਹੁਣ ਜਿਹੜੇ ਕੱਖ ਕੱਲ੍ਹ ਪੱਟ ਕੇ ਉਹ 2 ਕਿੱਲਿਆਂ 'ਚ ਰੱਖੇ ਸੀ ਅਤੇ ਉਹ ਮੋਢਿਆਂ 'ਤੇ ਲੱਦ ਲੱਦ ਕੇ ਬਾਹਰ ਕੱਢਣੇ ਆ ਲਿਆਉਣੇ ਆ ਚੱਕ ਕੇ ਅਤੇ ਥੋੜ੍ਹੀ ਇੱਕ ਪਾਂਤ ਉੱਧਰ ਰਹਿ ਗਈ ਸੀ ਕੱਲ੍ਹ ਆਥਣ ਪੈ ਗਿਆ ਸੀ ਉਦੋਂ ਨੀਰਾ ਚਾਰਾ ਵੱਢਣਾ ਸੀ ਅਤੇ ਪਾਣੀ ਇੱਧਰ ਉੱਧਰ ਛੱਡਣਾ ਸੀ ਹਰਾ ਚਾਰਾ ਰਮਾਉਣ ਲੱਗ ਗਏ ਨਾਲੇ ਅਤੇ ਉਹ ਕੱਲ੍ਹ ਕਹਾਣੀ ਵਿੱਚ ਹੀ ਵਿਚਲ ਗਈ ਸੀ ਕੱਲ੍ਹ ਹਾਂ ਢੋਣੇ ਆ ਮੋਢਿਆਂ 'ਤੇ ਚੱਕ ਚੱਕ ਕੇ ਡੀਲੇ ਨੂੰ ਪੱਟ ਕੇ ਰੱਖਿਆ ਪਿਆ ਵੱਡਾ ਬੈਲੀ ਜਿਹੜਾ ਅਤੇ ਨੌਜਵਾਨ ਉਹ ਚੱਲ ਪਿਆ ਮੂਹਰੇ 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 ਉਹ ਪਹਿਲਾਂ ਉਹ ਚੱਕ ਦਈਏ ਇਹਨੂੰ ਕਿ ਲਿਆਉਣੀ ਆ ਉਹ ਪੱਟ ਕੇ ਹੈਲੋ ਪਹਿਲਾਂ ਬਾਂਤ ਜੀ ਲਾਇਆ ਉਹਨੇ ਕਹਿੰਦਾ ਵਾਹਿਗੁਰੂ ਅਤੇ ਆ ਵੱਟਾਂ 'ਤੇ ਬੈਠੀਆਂ ਝੋਨੇ 'ਚ ਬੈਠੀਆਂ ਢੇਰੀਆਂ ਤਾਂ ਥਾਂ ਝਾਕੀ ਜਾਂਦੀਆਂ ਕਿ ਸਾਨੂੰ ਭਾਈ ਤਣ ਪੱਤਣ ਲਾ ਦਿਓ ਅਤੇ ਇੱਥੇ ਸਾਨੂੰ ਗਰਮੀ ਲੱਗੀ ਹੁੰਦੀ ਆ ਖੈਰ ਉਹ ਪਾਂਤ ਜੀ ਸਿਰੇ ਜੇ 'ਤੇ ਰਹਿ ਗਈ ਇੱਕ ਮੋਟੇ ਮੋਟੇ ਜਿਹੇ ਕੱਖ ਸੀਗੇ ਉਹ ਪਾਂਤ ਲਾ ਲਈਏ ਅਤੇ ਉਦੋਂ ਬਾਅਦ ਇਹਨਾਂ ਨੂੰ ਭਗਾ ਦੇਵਾਂਗੇ ਚੱਕ ਕੇ ਬਾਹਰ ਹਾਂ ਥੱਬੇ ਭਰ ਭਰ ਕੇ ਠੀਕ ਹੈ ਸਰ ਜ਼ਰੂਰ ਚੱਕਾਂਗੇ ਗੱਗੂ ਕਹਿੰਦਾ ਇੱਧਰੋਂ ਬੱਦਲ ਗੱਜਦਾ ਆਉਂਦਾ ਛੇਤੀ ਛੇਤੀ ਚੱਕ ਦੀਏ ਨਹੀਂ ਤਾਂ ਲੱਗ ਜਾਣਗੇ ਦੁਬਾਰੇ ਅਤੇ ਬੱਦਲ ਨੇ ਗੱਜ ਕੇ ਆਪਦੀ ਹਾਜ਼ਰੀ ਲਵਾ ਤੀ ਅਤੇ ਅਸੀਂ ਝੋਨੇ 'ਚੋਂ ਭਾਈ ਡੀਲਾ ਪੱਟ ਕੇ ਆਪਦੀ ਹਾਜ਼ਰੀ ਲਵਾਉਣ ਲੱਗੇ ਹਾਂ ਕੱਲ੍ਹ ਇੰਨੀ ਕੁ ਪਾਂਤ ਰਹਿ ਗਈ ਸੀ ਉਹ ਸਾਹਮਣੇ ਉੱਥੇ ਵੱਟ ਹੈਗੀ 2 ਕਿੱਲਿਆਂ ਲੰਬਾਈ ਆ ਅਤੇ ਆ ਢੇਰੀਆਂ ਪਈਆਂ ਇਹ ਸਾਨੂੰ ਥੋੜ੍ਹਾ ਥੋੜ੍ਹਾ ਡਰਾ ਵੀ ਰਹੀਆਂ ਖੈਰ ਡਰਦੇ ਹੀ ਨੌਜਵਾਨਾਂ ਨੂੰ ਚਾਅ ਚੜਿਆ ਥੋੜ੍ਹਾ ਜਿਹਾ ਇੱਧਰੋਂ ਮੀਂਹ ਆਉਂਦਾ ਦੇਖ ਕੇ ਬੱਦਲ ਗੱਜੀ ਜਾਂਦਾ ਇਸ ਪਾਸਿਓਂ ਅਤੇ ਘਟਾ ਜੀ ਵੀ ਬਣ ਗਈ ਹੁਣ ਇਹ ਨਹੀਂ ਪਤਾ ਇੱਧਰ ਨੂੰ ਆਊਗੀ ਕਿ ਪਰੇ ਨੂੰ ਵੀ ਆਊਗੀ ਇਹ ਗੱਲ ਸਾਰੀ ਮੁਨਾਸਿਰ ਕਰਦੀ ਆ ਹਵਾ 'ਤੇ ਕੱਲ੍ਹ ਵੀ ਆ ਮਾਨਸਾ ਵਾਲੇ ਪਾਸੇ ਬੱਦਲ ਜਿਹਾ ਬਣਿਆ ਸੀਗਾ ਅਤੇ ਹਵਾ ਇੱਧਰੋਂ ਆਈ ਅਤੇ ਇੱਧਰ ਨੂੰ ਪੁੱਠੀ ਮਾਨਸਾ ਵਾਲੇ ਪਾਸੇ ਲੈ ਗਈ ਖਿੱਚ ਕੇ ਬੱਦਲ ਨੂੰ ਅਤੇ ਅੱਜ ਵੇਖੋ ਜਿਵੇਂ ਸਿਆਣਿਆਂ ਦੇ ਨਿਸ਼ਾਨੇ ਆਉਂਦੇ ਆ ਪਹਿਲਾਂ ਵਾਲੇ ਮੀਟਰ ਆਉਂਦੇ ਸੀ ਮੀਂਹ ਵਾਲੇ ਕੱਕੂ ਨੇ ਮਾਰਤਾ ਹੱਥ ਮੀਂਹ ਸੱਦ ਲਿਆ ਉਹਨਾਂ ਕਿ ਭਾਈ ਉਸ ਤਰ੍ਹਾਂ ਦੀ ਗਰਮੀ ਆ ਜਿਹੜੀ ਸਿਆਣੇ ਕਹਿੰਦੇ ਹੁੰਦੇ ਆ ਕਿ ਮੀਂਹ ਆਉਣ ਵੇਲੇ ਹੁੰਦੀ ਆ ਅਤੇ ਐਨ ਚਿੱਬ ਕੱਢੇ ਪਿਆ ਗਰਮੀ ਨੇ ਦਹਿਮ ਕਿਤੇ ਕਿਤੇ ਹਵਾ ਦਾ ਬੁੱਲਾ ਭੁੱਲਿਆ ਚੁੱਕਿਆ ਜਾ ਆਉਂਦਾ ਗਾ ਅਤੇ ਖੈਰ ਪੱਟਿਆ ਜਾ ਯਾਰ ਮੇਰੀ ਬੇਇੱਜ਼ਤੀ ਹੋਈ ਜਾਂਦੀ ਆ ਚੈੱਕ ਅਤੇ ਉੱਧਰੋਂ ਦਾਤੀ ਵੀ ਅੱਜ ਮੈਨੂੰ ਇਹੋ ਜਿਹੀ ਦਿੱਤੀ ਲਗਵਾ ਜਿਹਾ ਹੋਇਆ ਇਹਨੂੰ ਪਤਾ ਨਹੀਂ ਕਿੱਧਰੋਂ ਚੱਕ ਕੇ ਲਿਆਇਆ ਇਹ ਗਗਲ ਗੱਗੂ ਅਤੇ ਪੱਪੂ ਦੋ ਦਾਤੀਆਂ ਹਰਿਆਲੇ ਉੱਥੇ ਵੱਢ 'ਚ ਪਈਆਂ ਨੇ ਖੈਰ ਇਹ ਦੂਜੀਆਂ ਵੀ ਲਿਆਉਂਦੀਆਂ ਸੀ ਅਸੀਂ ਕਿਰਾਂ ਝੋਨੇ 'ਚੋਂ ਕੱਖ ਪੱਟਣ ਵਾਲੀਆਂ ਫਿਰ ਸਾਨੂੰ ਇਹਨਾਂ ਨਾਲ ਵਧੀਆ ਨਜ਼ਾਰਾ ਆਉਂਦਾ ਵੀ ਇਹ ਸੋਹਣਾ ਕੰਮ ਦਿੰਦੀਆਂ ਆਪਦਾ ਰੋਜ਼ ਜਿਹੜੇ ਹੱਥ ਚਲਾਉਂਦੇ ਨੇ ਹਰਾ ਵੱਢਣ ਵੇਲੇ ਜਿਹੜੀ ਦਾਤੀ ਨੂੰ ਇਹ ਕੰਮ ਲੋਟ ਆ
ਤੇ ਸਾਹਮਣੇ ਵਾਲੇ ਆਉਂਦੇ ਹੋਏ ਮੀਂਹ ਦੀ ਅਪਡੇਟ ਦਿੰਦੇ ਹਾਂ ਥੋੜ੍ਹੇ ਟਾਈਮ ਬਾਅਦ, ਲਾ ਲਈਏ ਬਾਤ ਉਹਨੇ। ਕਿੱਥੇ ਆ ਗਈਆਂ ਆ ਕੇਰਾਂ ਤਾਂ ਬਾਈ, ਬੱਦਲ ਚੜ੍ਹਿਆ ਦੇਖ ਕੇ, ਮੀਂਹ ਆਉਂਦਾ ਦੇਖ ਕੇ ਚਾ ਚੜ੍ਹਿਆ ਪਿਆ ਪੂਰਾ। ਹੁਣ ਇਹ ਨਹੀਂ ਪਤਾ ਆਊਗਾ ਟਲੂਆ। ਹਾਂ, ਦੁਆਵਾਂ ਕਰੀ ਜਾਂਦੇ, ਅਰਦਾਸਾਂ ਕਰੀ ਜਾਂਦੇ ਬਾਈ ਮੈਂ ਦੇ ਗੱਗੂ ਕਿ ਲੈ ਪਏ ਘਟਾ ਕਾਲੀ ਕਣਕ ਹੋਰ ਹੋ ਗਈ ਜਮਾਂ। ਹਾਂ, ਹੁਣ ਆਈ ਥੋੜ੍ਹੀ ਜਿਹੀ ਠੰਡੀ ਹਵਾ। ਮਹਾਂ ਗੱਗੂ ਚੱਕ ਦਿਆਂਗੇ ਬੇਟੇ, ਮੀਂਹ ਆਉਣ ਦੇ, ਮੀਂਹ ਆਉਂਦੇ ਜੀ ਲੱਗੇ ਰਹਾਂਗੇ। ਹਾਂ, ਹਲਕਾ ਹਲਕਾ ਗਾਜਦਾ ਬੁੜਕਦਾ ਬੱਦਲ ਇੱਧਰ ਉੱਧਰ ਖਿੰਡ ਗਿਆ ਹਵਾ ਦੇ ਨਾਲ। ਹਾਂ, ਪਰ ਇੱਕ ਗੱਲ ਵਧੀਆ ਹੋਈ, ਏਸੀ ਚਲਾਤਾ ਰੱਬ ਨੇ ਕਿ ਠੰਡਾ ਹੋ ਗਿਆ ਮਾਹੌਲ, ਮੁੜਕਾ ਸੁੱਕ ਗਿਆ ਬਿੰਦਾਂ 'ਚ। ਚਲ ਹੁਣ ਸਾਨੂੰ ਹਟੀਰੀਆਂ ਚੱਕਣੀਆਂ ਸੌਖੀਆਂ ਹੋ ਜਾਣਗੀਆਂ ਇਹਦੇ ਨਾਲ। ਬੱਲਿਆ ਇੱਕ ਥੱਬਾ ਲੈ ਰਹੇ, ਜਾ ਕੇ ਉੱਧਰੋਂ ਪੱਲੀ ਲਿਆਊਂ ਤਾਂ ਮੈਨੂੰ ਚਕਾ ਦਿਆ ਕਰੀ ਪੰਡ ਭਰ ਕੇ, ਨਾਲੇ ਖੇਡਣਾ ਨਹੀਂ। ਠੀਕ ਹੈ, ਲੋਟ ਕਿਉਂ ਨਹੀਂ ਆਉਂਦਾ? ਪੱਲੀ ਨਾਲ ਤਾਂ ਵਧੀਆ ਲੋਟ ਆਊਗਾ। ਉਹ ਮੈਨੂੰ ਲੱਦ ਦਿਆ ਕਰੀ ਤਾਂ ਆਪੇ ਹੈ, ਉਹ ਤਿਲਕਦਾ ਡਿੱਗਦਾ ਤੁਰਿਆ। ਪਰ ਤੂੰ ਪੱਲੀ ਭਰਨ ਵਾਲਾ ਬਣਦੇਗੀ ਮੇਰੇ ਆਉਂਦੇ ਨੂੰ, ਬਸ ਭਰੀ ਪਈ ਹੋਏ ਕਰੇ। ਚੱਲ ਹਲਕੀ ਹਲਕੀ ਭੂਰ ਜੀ ਡਿੱਗਣੀ ਸ਼ੁਰੂ ਹੋ ਗਈ ਆ। ਚੱਲ ਇੰਨੀ ਬਹੁਤ ਫਾਇਦੇਮੰਦ ਆ ਸਾਡੇ ਤਾਂ, ਇੰਨੀ ਬਸ ਆ ਰੱਬ ਦੇ ਘਰ ਦੇਰ ਆ, ਅੰਧੇਰ ਨਹੀਂ। ਆ ਜੂਗਾ ਮੀਂਹ ਕੋਈ ਨਾ। ਚੱਲ ਹਾਂ, ਇੱਧਰ ਉੱਧਰ ਫਿਰਦਾ ਬਦਲ ਖਿੰਡਿਆ ਜਾ, ਹੁਣ ਨਹੀਂ ਦੁਪਹਿਰ ਨੂੰ ਆਜੂ, ਦੁਪਹਿਰ ਬਾਅਦ ਆਜੂਗਾ। ਉਹ ਸੜਕ ਤੋਂ ਪਾਰ ਐਂ ਜੇ ਲੱਗਦਾ ਗਾ ਉੱਥੇ ਕਣੀਆਂ ਹੁੰਦੀਆਂ ਨੇ, ਹਲਕੀ ਹਲਕੀ ਭੂਰ ਜੀ ਉੱਥੇ ਵੀ। ਸਾਹਮਣੇ ਉਹ ਜਿਹੜੀ ਗੱਡੀ ਜਾਂਦੀ ਆ, ਇਹ ਉਹੀ ਰੋਡ ਆ ਤਲਵੰਡੀ ਬਠਿੰਡੇ ਵਾਲਾ। ਆ ਹੁਣ ਕਣੀਆਂ ਸ਼ੁਰੂ ਹੋਈਆਂ ਮਾੜੀਆਂ ਮਾੜੀਆਂ ਜੀਆਂ। ਡਿਊਟੀ ਮਾੜੇ ਦਿਖਾ, ਮੌਸਮ ਖੜਾ ਹੋ ਕੇ ਪਿੱਛੇ ਮੀਂਹ ਆ। ਉਹ ਆ ਗਿਆ ਇੱਧਰ, ਆ ਹਵੇਲੀ ਕੋਲ, ਹਵੇਲੀ ਕੋਲ ਨਿਗਾ ਮਾਰ, ਆ ਆ ਗਿਆ, ਆ ਇੱਧਰ ਆ ਗਿਆ। ਲੈ ਪਿਆ ਪੂਰੇ ਜ਼ੋਰ ਦਾ, ਨਹੀਂ ਆ ਇੱਧਰ, ਆ ਇੱਧਰ ਪੂਰੇ ਜ਼ੋਰ ਦਾ। ਉਹ ਸਾਹਮਣੇ ਹਵੇਲੀ ਕੋਲ ਦੇਖ, ਨਹੀਂ ਹਵੇਲੀ ਸਾਹਮਣੇ ਦੇਖ। ਓ ਵਾਹਿਗੁਰੂ, ਵੱਧ ਗਿਆ ਕੰਮ, ਵੱਧ ਗਿਆ, ਵੱਧ ਗਿਆ, ਵੱਧ ਗਿਆ। ਆ ਚਾਰ ਕਣੀਆਂ ਪੈਣ ਨਹੀਂ ਦਿੰਦੇ, ਲਾਈਟ ਪਹਿਲਾਂ ਕੱਟ ਲੈਂਦੇ ਆ। ਕਣੀਆਂ ਇਹ ਤਾਂ ਹੁਣ ਲਈਆਂ ਨੇ, ਜੋ ਹੋ ਸਕਦਾ ਉਸ ਪਾਸੇ ਵੱਧ ਹੋਣ, ਪਰ ਬੱਦਲ ਤਾਂ ਇੱਧਰੋਂ ਆਇਆ ਗਾ, ਉਸ ਪਾਸੇ ਵੱਧ ਕਿਵੇਂ ਹੋਣਗੀਆਂ। ਹਾਂ ਤਾਂ ਲਾਈਟ ਪਹਿਲੀ ਗੋਵੈਂਟ ਕੋਨ ਹੋ ਜਾਂਦੀ ਆ, ਸਲਿੱਪ ਹਜੇ ਕਿੱਥੋਂ ਹੋਣ ਲੱਗ ਗਿਆ, ਦੇਖ ਲੈਂਦੇ ਹਾਂ ਦੋ ਮਿੰਟ। ਐਨ ਪੂਰਾ ਚਾ ਚੜਿਆ ਹੋਇਆ ਗੱਗੂ ਨੂੰ ਵੀ ਮੀਂਹ ਪੈਂਦੇ ਦਾ।
ਆ ਕਹਿੰਦਾ ਬੋਰ ਬੰਦ ਕਰਦਾ ਖਰਚਾ ਖਰਚਾ ਹਾਂ ਪਿੱਛੇ ਕਿਹੜਾ ਮੀਂਹ ਆ ਉਹ ਨਹਿਰ ਲਵੇ ਗਣੀਆਂ ਵਾਹਵਾ ਹਾਂ ਪਿੱਛੇ ਇੱਧਰ ਥੋੜ੍ਹੇ ਜਿਹਾ ਚਿੱਟਾ ਹੋਇਆ ਕੰਮ ਇਸ ਪਾਸੇ ਘੱਟ ਹੈਗਾ ਇਹ ਲੱਗਦਾ ਪਿੰਡ ਬੰਨੀ ਲੰਘ ਗਿਆ ਬੱਦਲ ਚੱਲ ਫਿਰ ਵੀ ਇੰਨੇ ਨਾਲ ਫਸਲ ਨਹਾਤੀ ਧੋਤੀ ਜਾਊਗੀ ਅਤੇ ਪਟਾ ਹਾਲੇ ਤੱਕ ਠੀਕ ਚੱਲੀ ਜਾਂਦਾ ਨਾ ਇਹ ਕਿਉਂ ਪਿਓ ਇਹਨਾਂ ਕਾਗਜ਼ ਇਕੱਠਾ ਕਰਕੇ ਰੱਖ ਲਾ ਆਪਾਂ 10 ਮਿੰਟ ਬੰਦ ਕਰ ਦਿੰਦੇ ਹਾਂ ਦੇਖ ਲੈਣਾ ਜੇ ਤਾਂ ਵੱਧ ਆਇਆ ਤਾਂ ਠੀਕ ਹੈ ਨਹੀਂ ਦੁਬਾਰੇ ਸਟਾਰਟ ਕਰਦੇ ਹਾਂ ਗੱਡੀ ਖਾਲੀ ਦਿੰਦੇ ਹਾਂ ਫਿਰ ਪਟਾ ਪੁਟਾ ਲਊਗਾ ਮੈਂ ਪਾਪੇ ਦਾ ਫੋਨ ਆ ਜਾਂਦਾ ਵਿੱਚ ਹਾਂ ਉਹ ਉੱਥੇ ਚੱਲ ਵੜ ਪਾਲਿਆ ਆ ਦੇ ਨਜ਼ਾਰੇ ਗੱਗੂ ਨੂੰ ਕਹੀ ਜਾਂਦਾ ਸੀ ਮੈਂ ਹਲਕਾ ਜਿਹਾ ਬੱਦਲ ਇਹਦਾ ਕਿਹੜਾ ਬੱਦਲ ਆ ਯਾਰ ਮੀਂਹ ਬਹੁਤ ਆ ਕਿਵੇਂ ਸੀ ਰਿਹਾ ਕਰੰਟ ਜੋਗਾ ਤਾਂ ਹੋ ਗਿਆ ਕਿ ਇੰਨਾ ਵੀ ਨਹੀਂ ਹੋਇਆ ਟੂਟੀ ਨੀ ਚੱਲਦੀ ਆਹ ਲੈ ਕੱਪ ਇਹਦੇ ਨਾਲ ਭਰ ਲਾ ਟੂਟੀ ਨਾਲੇ ਦੁਕਾਨ ਤੇ ਦੇਸਾਂ ਦੇ ਕਿਹੜੇ ਲੱਗ ਜਾਂਦੇ 10 ਰੁਪਏ ਟੂਟੀ ਲਾਉਣੀ ਭੁੱਲ ਜਾਂਦੇ ਯਾਰ ਹੋਰ ਯਾਰ ਇਹ ਤਾਂ ਬਸ ਫੋੜ ਹੀ ਦੇਖੀ ਜਾਂਦਾ ਸਾਰਾ ਦਿਨ ਲਿਆ ਦੇ ਯਾਰ ਹੱਥ ਪਾਲ ਫੋੜ ਯਾਰ ਮੀਂਹ ਪਾ ਕੇ ਰੰਗ ਲਾ ਗਿਆ ਰੱਬ ਗੱਗੂ ਨੂੰ ਮੈਂ ਕਿਹਾ ਸੀ ਪਹਿਲਾਂ ਭਾਈ ਹੈ ਨਹੀਂ ਮੂੰਹ ਜਾਂ ਬੱਦਲ ਦਾ ਮੀਂਹ ਵਾਲਾ ਕੋਲ ਆਇਆ ਤਾਂ ਖੈਰ ਚੰਗਾ ਸੀਗਾ ਅਤੇ ਦਾਸ ਨੇ ਇੱਧਰੋਂ ਪੱਲੀ ਚੱਕ ਲਿਆਂਦੀ ਕਰਦੇ ਹਾਂ ਇਕੱਠੀਆਂ ਢੇਰੀਆਂ ਚੱਕਦੇ ਹਾਂ ਅਤੇ ਉਹ ਦੇਖ ਕੇ ਯਾਦ ਆ ਗਈ ਟਟੀਰੀ ਬਹੁਤ ਸਾਰੇ ਵੀਰ ਭਾਈ ਪੁੱਛ ਦਿੰਦੇ ਟਟੀਰੀ ਕਿਵੇਂ ਆ ਟਟੀਰੀ ਦਾ ਪਰਿਵਾਰ ਕਿਵੇਂ ਆ ਐਨ ਜਮਾਂ ਰਾਜੀ ਖੁਸ਼ੀ ਆ ਬਈ ਮੈਂ ਗੇੜਾ ਮਾਰਦਾ ਰਹਿਣਾ ਗਾ ਪਰ ਕਈ ਦਿਨਾਂ ਦੀ ਵੀਡੀਓ ਨਹੀਂ ਬਣਾਈ ਸੀ ਅਤੇ ਆਹ ਕੱਖ ਚੱਕ ਲਈਏ ਕਿਰਾਂ ਫਿਰ ਇੱਧਰ ਟਟੀਰੀ ਕੋਲ ਦੀ ਵੀ ਜਾਂਦੇ ਗੇੜਾ ਕੱਢ ਲਾਂਗੇ ਉਰੇ ਲਿਆ ਮੇਰੀ ਪੱਲੀ ਭਰ ਜੂਗੀ ਓ ਕਿ ਟੂਏ ਨਾਲ ਲਾ ਕੇ ਲੈ ਜਾ ਠੀਕ ਆ ਬਾਈ ਜੀ ਚੌਲ ਨਾ ਟੁੱਟਣ ਯਾਰ ਤੂੰ ਬੰਨ ਬਿਸਤਰਾ ਮਾਈਆ ਤੁਰ ਜੇਗਾ ਲੇ ਲਦਾਖ ਨੀ ਆਊਂਗਾ ਛੁੱਟੀ ਮੁੜ ਕੇ ਆਉਂਦੇ ਚੇਤ ਵਸਾਖ ਹਾਂ ਉਹ ਤਾਂ ਤੰਗ ਕਰਦੀ ਹੈ ਝੂੜੀ ਤਾਂ ਨਾ ਲੱਗਾ ਗੂ ਇਹਦੇ 'ਚ ਕੱਖ ਪੈਂਦਾ ਗਾ ਮਾਰ ਕੇ
ਇਹ ਤਾਂ ਤਰਲੇ ਟਾਈਪ ਗੱਲਬਾਤ ਹੋ ਗਈ। ਤੂੰ ਪੰਡ ਬੰਨ ਤੇ ਚਕਾ ਤੇ ਨੇਰੀ ਬਣਦਾ ਤੂੰ ਲੈ ਜਾਊ ਮੈਂ ਇਹ ਤੈਨੂੰ ਬੰਦਾ ਝੋਲੀ ਤੂੰ ਜਾਈ ਛੂਕਦਾ ਤੁਰਿਆ ਖੁੱਲੂਗੀ ਤਾਂ ਫੇਰ ਹੀ ਖੋ ਗੰਢਾਂ ਆਪੇ ਚੱਕ ਗਈਆਂ ਗੰਢ ਖੋਲ ਐਂ ਹੋਏ ਕੀ ਖੋਲਣ ਫਿੱਟੀ ਗੱਲ ਪਿਛਕ ਗਈਆਂ ਤਾਂ ਹੁਣ ਖੋਲ ਗੰਢਾਂ ਪਰੇ ਹੋਈ ਰਹੂੰਗੀ ਪਿੱਛੇ ਡਿੱਗੂਗਾ ਮਾਲ ਪੱਤਾ ਮੈਂ ਤਾਂ ਆਪਦੇ ਮੂੰਹ ਲੈ ਜਾਊਂ ਚੱਕ ਕੇ ਦੇਖੀ ਇਹਦੇ ਚ ਕੀ ਤਾਂ ਇਹ ਪਿਆ ਗਾ ਤੇ ਪੰਡ ਚ ਭਰਤਾ ਜਾਵੇ ਪੰਡ ਕੱਗੂ ਯਾਰ ਇਹ ਨੀ ਪੰਡ ਭਰਾ ਭਰਾ ਮੈਂ ਤਾਂ ਪੰਡ ਨਾਲ ਲੈ ਕੇ ਆਉਂ ਵਾਹਿਗੁਰੂ ਸਾਡੇ ਨਾਲ ਹੋਈਆਂ ਨੇ ਜੋ ਹੱਡ ਬੀਤੀਆਂ ਸੋਚੀ ਨਾ ਤੂੰ ਗੱਲਾਂ ਬੈਠੇ ਉਹੀ ਮਾਰਦੇ ਸੱਤ ਵੱਜ ਕੇ ਦੋ ਮਿੰਟਾਂ ਦਾ ਟਾਈਮ ਹੋ ਗਿਆ ਨੀਰਾ ਚਾਰਾ ਲੱਦ ਲਿਆ ਇੱਥੋਂ ਵਾਲੀ ਡਿਊਟੀ ਨਿਭਾ ਲਈ ਪਰ ਅੱਜ ਦੇ ਦਿਨ ਦੀ ਡਿਊਟੀ ਹਾਲੇ ਆਪਣੀ ਸਮਾਪਤ ਨਹੀਂ ਹੋਈ ਹੌਲੀ ਆ ਜੀ ਮੈਂ ਜਾਣਾ ਅਤੇ ਫਿਊਰੀ ਲੈ ਕੇ ਆਊਂ ਮੈਂ ਜਾ ਕੇ ਆਰਾਮ ਨਾਲ ਵਗ ਜੀ ਕੋਈ ਨਾ ਅਤੇ ਜਾ ਕੇ ਨੇਈ ਵਾਲੇ ਖੇਤ 'ਚ ਡਿਊਟੀ ਲਾਉਣੀ ਆ ਪਾਣੀ ਭਰਿਆ ਹੋਇਆ ਉੱਥੇ ਯੂਰੀਆ ਪਾਉਣੀ ਆ ਗੱਟਾ ਗੱਟਾ ਦੋ ਵਾਰੀ ਪਾਈ ਹੋਈ ਆ ਪਹਿਲਾਂ ਅਸੀਂ ਤੀਜੀ ਵਾਰੀ ਪਾਉਣੀ ਆ ਥੋੜ੍ਹੀ ਜਿਹੀ ਫਿਊਰੀ ਪਾਉਣੀ ਆ ਉੱਥੇ ਜੜ੍ਹਾਂ 'ਚ ਗੰਢ ਜੀ ਬਣੀ ਜਾਂਦੀ ਆ ਝੋਨੇ ਦੇ ਹਾਂ ਫਿਊਰੀ ਹੈ ਤਾਂ ਉਹ ਜ਼ਹਿਰ ਹੀ ਹੈ ਨੇਰਾ ਭੈੜੀ ਵੀ ਕਰਦਾ ਬੰਦੇ ਨਾਲ ਗਰਮੀ 'ਚ ਉਹ ਬਸ ਉਸ ਤੋਂ ਬਾਅਦ ਤੁਰ ਤਾਂ ਠੰਡੇ ਪਾਣੀ ਨਾਲ ਨਹਾ ਲਏ ਫਿਰ ਕੁਛ ਨਹੀਂ ਕਹਿੰਦਾ ਅਤੇ ਮਤਲਬ ਪਧਾਨ ਟਾਈਪ ਗੱਲ ਜੀ ਕਹਿ ਸਕਦੇ ਹਾਂ ਪਧਾਨ 'ਚ ਵੀ ਜਿਵੇਂ ਉਹੀ ਸੇਮ ਚੀਜ਼ ਹੁੰਦੀ ਹੈਗੀ ਬਾਕੀ ਆਹ ਬੈਠਾ ਇੱਧਰ ਕੈਂਪਰ ਦੇ ਨੂੰ ਜਾਂਦਾ ਹੋਇਆ ਨੇਰਾ ਨਾਲ ਕੇ ਤਾਂ ਠੰਡਾ ਮਿੱਠਾ ਪਾਣੀ ਭਰ ਕੇ ਲਿਆਊਂਗਾ ਕਿਉਂਕਿ ਅਸੀਂ ਬਰਫ਼ ਵਾਲਾ ਪਾਣੀ ਨਹੀਂ ਪੀਂਦੇ ਹਾਂ ਫਿਰ ਉਹ ਕੀ ਕਹਿੰਦੇ ਹੁੰਦੇ ਆ ਕੈਂਪਰ 'ਚ ਬਰਫ਼ ਪਾ ਕੇ ਨਹੀਂ ਰੱਖਦੇ ਆ ਨਲਕੇ ਵਾਲਾ ਕੁਦਰਤੀ ਠੰਡਾ ਪਾਣੀ ਇਹ ਚੰਗਾ ਲੱਗਦਾ ਗਾ ਯਾਰ ਉਹਨੇ ਆ ਰਵਾਨਾ ਵਾਹਵਾ ਨੇਰਾ ਹੋ ਜੂ ਨੀਂ 'ਚ ਸਾਨੂੰ ਸੀਰੇ ਨੇ ਵੀ ਚੱਕ ਲਿਆ ਉਹ ਤਰੋਕਾ ਸੀ ਆ ਨੌਜਵਾਨ ਗਵਾਂਢੀ ਨੇ ਹਾਂ ਬੇੜਾ ਹੋਇਆ ਇਸ ਵਕਤ ਪੌਣੇ 9 ਵਜੇ ਦਾ
ਨਿਆਈ 'ਚ ਯੂਰੀਆ 'ਚ ਰਲਾ ਕੇ ਫਿਊਰੀ ਪਾਤੀ ਸੀ ਮੂੰਹ ਨੇਰਾ ਹੁੰਦੇ ਹੁੰਦੇ ਮੈਂ ਅਤੇ ਗੱਗੂ ਨੇ ਫੋਨ ਘਰ ਰੱਖ ਗਿਆ ਸੀਗਾ ਮੈਂ ਫਿਰ ਉੱਥੇ ਮੈਨੂੰ ਪਤਾ ਸੀ ਮੈਂ ਭਿੱਜ ਭਜਾਈ ਜੀ ਹੋਊਗੀ ਫਿਰ ਕੰਮ ਵੱਧ ਜਾਂਦਾ ਫੋਨ ਭਿਉਂ ਲਾਂਗੇ ਮਾਂ ਜਿਹਾ ਰੱਖ ਕੇ ਭੁੱਲ ਜਾਂਗੇ ਹਨੇਰੇ 'ਚ ਕਿਤੇ ਅਤੇ ਆਹ ਝੱਗਾ ਵੀ ਆਪਣਾ ਰਿਟਾਇਰ ਹੋ ਗਿਆ ਅੱਜ ਕਈ ਦਿਨਾਂ ਦੇ ਮੋਰੀ ਜੋਰੀ ਸੀ ਹੌਲੀ ਹੌਲੀ ਕੰਮ ਵਧੀ ਗਿਆ ਝਰੂੰਗੇ ਨਾਲ ਹੁਣ ਫਿਰ ਕੰਮ ਜਾਵਾਂ ਭਰਿਆੜ ਹੋ ਗਿਆ ਚੱਲ ਬਸ ਅੱਜ ਤੋਂ ਇਹਦੀ ਛੁੱਟੀ ਕਰ ਦਾਂਗੇ ਇਹ ਮੈਨੂੰ ਵਧੀਆ ਲੱਗਦਾ ਸੀ ਜਿਵੇਂ ਆਪਣਾ ਹੁੰਦਾ ਨਾ ਕਿ ਕੋਈ ਝੱਗਾ ਆਪਣਾ ਫੇਵਰੇਟ ਵਾਲਾ ਕੰਮ ਜਿਹਾ ਹੁੰਦਾ ਹਲਕਾ ਸੀ ਵਧੀਆ ਸੀ ਖੁੱਲ੍ਹਦਾ ਸੀਗਾ ਲੂਜ਼ ਜਿਹਾ ਤਾਂ ਮੈਨੂੰ ਇਹ ਵਧੀਆ ਲੱਗਦਾ ਸੀ ਇਹੀ ਕਸੂੜੀ ਰੱਖਦਾ ਸੀਗਾ ਮੈਂ ਲਗਭਗ ਇੱਕ ਦਿਨ ਛੱਡ ਕੇ ਦੋ ਕੀ ਭਾਈ ਰੱਖਦਾ ਹੁੰਦਾ ਮੈਂ ਆਪਣੇ ਦਿਨ ਘਰਾਂ 'ਚ ਕੰਮਾਂ ਕਾਰਾਂ 'ਚ ਬਸ ਇਹੀ ਹੁੰਦਾ ਸਾਰੇ ਅਤੇ ਬਾਕੀ ਠੀਕ ਹੈ ਸੋਹਣਾ ਰਿਹਾ ਅੱਜ ਦਾ ਦਿਨ ਪਰਮਾਤਮਾ ਦੀ ਕਿਰਪਾ ਨਾਲ ਅਤੇ ਧੰਨਵਾਦ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਅਤੇ ਇਸੇ ਦੇ ਨਾਲ ਸਮਾਪਤ ਆਪਣਾ ਅੱਜ ਦਾ ਬਲੌਗ ਅਤੇ ਮਾਤਾ ਸ਼੍ਰੀ ਕੂਲਰ ਮੂਹਰੇ ਠੰਡੀ ਹਵਾ ਲਈ ਜਾਂਦੇ ਜੀ ਬੈਠੇ ਮੈਂ ਕਿਹਾ ਤੁਸੀਂ ਬੈਠੇ ਰਹੋ ਕੋਈ ਗੱਲ ਨਹੀਂ ਕਿੱਧਰਾਂ ਹੋਊਗੀ ਗਰਮੀ 'ਚ ਉੱਠ ਕੇ ਮੈਂ ਸਮਾਪਤੀ ਕਰ ਦਿੰਦਾ ਮਾਤਾ ਜੀ ਦੀ ਹਾਜ਼ਰੀ ਸਵੇਰੇ ਲਵਾਤੀ ਸੀ ਆਪਾਂ ਅਤੇ ਬਾਕੀ ਠੀਕ ਹੈ ਬਹੁਤ ਸਾਰਾ ਪਿਆਰ ਸਤਿਕਾਰ ਸਾਰਿਆਂ ਵਾਸਤੇ ਅਤੇ ਜੁੜੇ ਰਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।